सत श्री अकाल दोस्तों, आप सब का स्वागत है साडे चैनल पंजाबी क्लास विच। दोस्तों टर्म 1 दे बोर्ड दे पेपर शुरू होने वाले हैं, पर उस तो पहला ही इस वेले दी पंजवीं अते अठवीं दी बोर्ड दी क्लासां लई एक वड्डी खबर सामने आ रही है। जी हाँ दोस्तों, जिवें कि तुसीं टाइटल विच भी पढ़ ही लिया होगा कि पंजवीं ते अठवीं दे बोर्ड दे पेपरां विच वड्डा फेर बदल हो सकता है। सो आओ दोस्तों तुहानूं दसदे हां इस खबर बारे अते किस तरह दे चेंजेस आ सकते हैं, इस बारे भी तुहानूं दसदे हां। सो दोस्तों वीडियो ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਹ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਬੇਹੱਦ ਹੀ ਅਹਿਮ ਖਬਰ ਹੈ। ਸੋ ਦੋਸਤੋ ਬਿਨਾਂ ਸਮਾਂ ਵੇਸਟ ਕਰਦਿਆਂ ਹੋਇਆਂ ਖਬਰ ਵੱਲ ਵਧਦੇ ਹਾਂ। ਖਬਰ ਕੁਝ ਇਸ ਤਰ੍ਹਾਂ ਹੈ, ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਤੇ ਅੱਠਵੀਂ ਜਮਾਤ ਦੀ ਇੱਕ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ ਕੀਤੀ ਤਾਂ ਇਸ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਬੋਰਡ ਨੇ ਇੱਕ ਹੀ ਦਿਨ ਵਿੱਚ ਦੋ ਵਿਸ਼ਿਆਂ ਦੀਆਂ ਪ੍ਰੀਖਿਆ ਰੱਖੀ ਹੈ, ਜਿਸ ਤੇ ਸਕੂਲ ਸੰਚਾਲਕਾਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਇਤਰਾਜ਼ ਹੈ। ਸਮਾਜ ਸੇਵੀ ਤੇ ਸਿੱਖਿਆ ਖੇਤਰ ਨਾਲ ਸੰਬੰਧਿਤ ਮੋਹਿਤ ਸ਼ਰਮਾ ਦੀ ਸ਼ਿਕਾਇਤ ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇੰਨਾ ਹੀ ਨਹੀਂ, ਕਮਿਸ਼ਨ ਨੇ ਬੋਰਡ ਚੇਅਰਮੈਨ ਨੂੰ ਸ਼ਿਕਾਇਤ ਕਰਤਾ ਤੇ ਉਸ ਨੂੰ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਵਾਉਣ ਲਈ ਵੀ ਕਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਦਿਨ ਪਹਿਲਾਂ ਪੰਜਵੀਂ ਤੇ ਅੱਠਵੀਂ ਜਮਾਤ ਦੀ ਡੇਟ ਸ਼ੀਟ ਜਾਰੀ ਕੀਤੀ ਸੀ। ਇਹ ਪ੍ਰੀਖਿਆਵਾਂ 3 ਦਿਨਾਂ ਵਿੱਚ ਮੁਕੰਮਲ 8400 400 400। ਜੀ ਹਾਂ, ਯਾਦ ਕਰ ਲਵੋ ਵਟਸਐਪ ਨੰਬਰ, ਕਿਉਂਕਿ ਹੁਣ ਚਾਹੇ ਤੁਹਾਡਾ ਮੈਥ ਦਾ ਸਵਾਲ ਹੋਵੇ, ਫਿਜ਼ਿਕ ਕੈਮਿਸਟਰੀ ਜਾਂ ਬਾਇਓਲੋਜੀ ਦਾ, ਤੁਹਾਡੇ ਹਰ ਡਾਊਟ ਹਰ ਕੁਐਸਚਨ ਦਾ ਮਿਲੇਗਾ ਤੁਰੰਤ ਵੀਡੀਓ ਸੋਲੂਸ਼ਨ, ਉਹ ਵੀ ਸਿੱਧਾ ਤੁਹਾਡੇ ਵਟਸਐਪ ਨੰਬਰ ਤੇ। ਬਸ ਆਪਣੇ ਫੋਨ ਤੇ ਡਾਊਟ ਨੈਟ ਦਾ 8400 400 400 ਨੰਬਰ ਸੇਵ ਕਰ ਲਵੋ ਅਤੇ ਚੈਟ ਓਪਨ ਕਰੋ। ਫਿਰ ਜੋ ਵੀ ਤੁਹਾਡਾ ਡਾਊਟ ਹੈ, ਉਸ ਸਵਾਲ ਦੀ ਫੋਟੋ ਖਿੱਚਣੀ ਹੈ, ਕ੍ਰੌਪ ਕਰਨੀ ਹੈ, 5 ਸਕਿੰਟ ਦੇ ਅੰਦਰ ਅੰਦਰ ਤੁਹਾਨੂੰ ਉਸ ਦਾ ਵੀਡੀਓ ਸੋਲੂਸ਼ਨ ਮਿਲ ਜਾਵੇਗਾ। ਕਲਾਸ 6 ਤੋਂ 12 ਆਈਟੀ ਜੇਈ ਨੀਟ ਸੀਬੀਐਸਈ ਬੋਰਡ ਅਤੇ ਸਾਰੇ ਸਟੇਟ ਬੋਰਡ ਦੇ ਬੱਚਿਆਂ ਲਈ, ਤਾਂ ਫਿਰ ਦੇਰ ਕਿਸ ਗੱਲ ਦੀ। ਹੁਣੇ ਜਾਓ ਅਤੇ 8400 400 400 ਨੰਬਰ ਤੇ ਆਪਣਾ ਸਵਾਲ ਵਟਸਐਪ ਕਰੋ ਅਤੇ ਆਪਣੇ ਸਾਰੇ ਡਾਊਟਸ ਨੂੰ ਆਊਟ ਕਰੋ, ਲਿੰਕ ਡਿਸਕ੍ਰਿਪਸ਼ਨ ਚ ਹੋ ਜਾਣਗੀਆਂ। ਪੰਜਵੀਂ ਦੇ 5 ਵਿਸ਼ਿਆਂ ਤੇ ਅੱਠਵੀਂ ਦੇ 6 ਵਿਸ਼ਿਆਂ ਦੀ ਪ੍ਰੀਖਿਆਵਾਂ 3 ਦਿਨਾਂ ਵਿੱਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਜਥੇਬੰਦੀਆਂ ਨੇ ਵੀ ਬੋਰਡ ਦੇ ਚੇਅਰਮੈਨ ਤੋਂ ਇਸ ਸੰਬੰਧੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ, ਪਰ ਬੋਰਡ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ। ਇਸ ਤੋਂ ਬਾਅਦ ਮੋਹਿਤ ਸ਼ਰਮਾ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨਿਯੁਕਤ ਕੀਤਾ। ਉਹਨਾਂ ਦਾ ਤਰਕ ਹੈ ਕਿ ਇੱਕ ਪਾਸੇ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 8ਵੀਂ ਜਮਾਤ ਤੱਕ ਪ੍ਰੀਖਿਆ ਨਾ ਦੇਣ ਦੀ ਵਿਵਸਥਾ ਹੈ, ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲੈ ਰਿਹਾ ਹੈ। ਇੰਨਾ ਹੀ ਨਹੀਂ, ਬੋਰਡ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਇੱਕ ਹੀ ਦਿਨ ਦੇ ਵਿੱਚ 5ਵੀਂ ਤੇ 8ਵੀਂ ਜਮਾਤ ਦੇ ਦੋ ਵਿਸ਼ੇ ਲਏ ਜਾ ਰਹੇ ਹਨ, ਜਿਸ ਕਾਰਨ ਬੱਚੇ ਮਾਨਸਿਕ ਤਣਾਅ ਵਿੱਚ ਆ ਜਾਣਗੇ। ਬੋਰਡ ਪਹਿਲੀ ਵਾਰ OMR ਸ਼ੀਟ ਦੀ ਵਰਤੋਂ ਕਰ ਰਿਹਾ ਹੈ। ਮੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪਹਿਲੀ ਵਾਰ ਉੱਤਰ ਪੱਤਰੀ ਦੀ ਬਜਾਏ OMR ਸ਼ੀਟ ਲਾਗੂ ਕਰ ਰਿਹਾ ਹੈ। ਬੱਚੇ ਪਹਿਲੀ ਵਾਰ OMR ਸ਼ੀਟ ਦੇ ਪੇਪਰ ਭਰਨਗੇ, ਇਹ ਉਹਨਾਂ ਲਈ ਨਵਾਂ ਸਿਸਟਮ ਹੋਵੇਗਾ। ਬੱਚੇ ਯਕੀਨੀ ਤੌਰ ਤੇ ਨਵੀਂ ਪ੍ਰਣਾਲੀ ਦੇ ਦਬਾਅ ਹੇਠ ਹੋਣਗੇ। ਉਸ ਦਾ ਕਹਿਣਾ ਹੈ ਕਿ ਬੱਚਿਆਂ ਲਈ ਇੱਕ ਦਿਨ ਵਿੱਚ ਦੋ ਵਿਸ਼ਿਆਂ ਦੀ ਤਿਆਰੀ ਕਰਨੀ ਔਖੀ ਹੈ। ਸੋ ਦੋਸਤੋ ਤੁਹਾਨੂੰ ਦੱਸਦੇ ਹਾਂ ਹੁਣ ਕਿਹੜੇ ਕਿਹੜੇ ਵਿਸ਼ੇ ਜਿਹੜੇ ਪੇਪਰ ਇਕੱਠੇ ਹੋ ਰਹੇ ਹਨ। 5ਵੀਂ ਜਮਾਤ ਦੇ 20 ਦਸੰਬਰ ਤੋਂ ਸ਼ੁਰੂ ਹੋ ਰਹੇ ਹਨ। ਪਹਿਲੇ ਜਿਹੜੇ ਦੋ ਪੇਪਰ ਇਕੱਠੇ ਹੋਣਗੇ ਉਹ ਹੈ ਪਹਿਲੀ ਭਾਸ਼ਾ ਪੰਜਾਬੀ, ਹਿੰਦੀ ਜਾਂ ਉਰਦੂ ਜਿਹੜੀ ਵੀ ਹੈ ਉਸਦਾ ਪੇਪਰ, ਅਤੇ ਨਾਲ ਹੀ ਵਾਤਾਵਰਨ ਸਿੱਖਿਆ ਦਾ। ਫਿਰ 21 ਨੂੰ ਹੋਏਗਾ ਦੂਜੀ ਭਾਸ਼ਾ ਦਾ, ਜਿਹੜੀ ਵੀ ਦੂਜੀ ਭਾਸ਼ਾ ਹੈ, ਤੇ ਨਾਲ ਅੰਗਰੇਜ਼ੀ ਦਾ, ਤੇ 28 ਨੂੰ ਫਿਰ ਹੈ ਗਣਿਤ ਦਾ। ਇਸੇ ਤਰ੍ਹਾਂ ਹੀ 8ਵੀਂ ਜਮਾਤ ਦੇ ਜਿਹੜੇ ਪੇਪਰ ਇਕੱਠੇ ਹੋ ਰਹੇ ਹਨ ਉਹ ਹੈ 20 ਨੂੰ ਪਹਿਲੀ ਭਾਸ਼ਾ ਦਾ ਤੇ ਗਣਿਤ ਦਾ, 21 ਨੂੰ ਦੂਜੀ ਭਾਸ਼ਾ ਤੇ ਸਮਾਜਿਕ ਵਿਗਿਆਨ ਦਾ, 22 ਦਸੰਬਰ ਨੂੰ ਅੰਗਰੇਜ਼ੀ ਤੇ ਵਿਗਿਆਨ ਦਾ। ਸੋ ਦੋਸਤੋ ਇਹ ਜਿਹੜੇ ਪੇਪਰ ਇਕੱਠੇ ਹੋ ਰਹੇ ਹਨ, ਇਹਨਾਂ ਨੂੰ ਲੈ ਕੇ ਮੋਹਿਤ ਸ਼ਰਮਾ ਨੇ ਇਹਨਾਂ ਨੇ ਪੰਜਾਬ ਬੋਰਡ ਦੇ ਉੱਤੇ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇੱਕ ਹੀ ਦਿਨ ਦੇ ਵਿੱਚ ਜਿਹੜੇ ਦੋ ਪੇਪਰ ਹਨ ਨਹੀਂ ਕਰਾਏ ਜਾਣੇ ਚਾਹੀਦੇ ਹਨ, ਬੱਚੇ ਮਾਨਸਿਕ ਤਣਾਅ ਦੇ ਵਿੱਚ ਆ ਜਾਂਦੇ ਹਨ। ਇਹ ਗੱਲ ਸਹੀ ਵੀ ਹੈ ਕਿਉਂਕਿ ਇੱਕੋ ਦਿਨ ਦੇ ਵਿੱਚ ਦੋ ਪੇਪਰਾਂ ਦੀ ਤਿਆਰੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਹੁੰਦਾ ਹੈ ਕਿਹੜਾ ਪੜ੍ਹੀਏ ਤੇ ਕਿਹੜਾ ਨਾ। ਠੀਕ ਹੈ ਦੋਸਤੋ, ਸੋ ਦੋਸਤੋ ਜੇਕਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸ ਦੇ ਉੱਤੇ ਕੋਈ ਨੋਟਿਸ ਲੈਂਦਾ ਹੈ ਤਾਂ ਹੋ ਸਕਦਾ
ਚਾਹੀਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਡੇਟ ਸ਼ੀਟ ਦੇ ਵਿੱਚ ਕੁਝ ਤਬਦੀਲੀ ਦੇਖਣ ਨੂੰ ਮਿਲੇ ਜਿਹੜੇ ਪੇਪਰ ਹੋ ਸਕਦਾ ਸੀ 3 ਦਿਨਾਂ ਦੇ ਵਿੱਚ ਹੋਣੇ ਹਨ ਉਹ 6 ਦਿਨਾਂ ਚ ਜਾਂ ਫਿਰ 7 ਦਿਨਾਂ ਦੇ ਵਿੱਚ ਹੋ ਸਕਦੇ ਹਨ ਪਰ ਅਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਇਹ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਲੈ ਕੇ 5ਵੀਂ ਤੇ 8ਵੀਂ ਜਮਾਤ ਦੇ ਜਿਹੜੇ ਬੋਰਡ ਪੇਪਰ ਹੈ ਉਹਨਾਂ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ।